जा रही पुल ने कल इन्हें गोलियां मार दी मुंडे हूँ पत्तियां पुत्तियां लवा के लिया उधर पंखा खड़े ने ठीक है ना जेसीबी आन लगी जेसीबी तैयार कराई होर ट्रैक्टर अगे तैयार कराए हुए ने पानी दी टंकियां लाती अगे है ना इन्हां दे जो भी घेरांगे जिहड़े ड्राउन जे चलाउंदे ने जज्बे बरकरार ने। गुरु गोबिंद सिंह महाराज के पुत्र हाँ गुरु ग्रंथ साहब महाराज का थापड़ा लैके चलते अरदास करके चलते मत्था टेक के चलते हैं तैयारी फुला वाहेगुरु मेहर करे अज शाम हरियाणे के अंदर जाके लंगर छकांगे सारा मोर्चा बन ये कहने मोदी नू अमित शाह नू भई साडे जिहड़ियां मंगां ने उह सानू दे दे प्यार नाल असीं तकरार नहीं चाहुंदे तुहाडे नाल पर तुसीं इह माहौल बनाया होया जिवें कोई देशां दे बार्डर आउंदे ने पर तुहानूं पता नहीं भी हाँ साडे इतिहास की ने असीं बच्चे की ने दे हैं ना ਅਸੀਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਬੱਚੇ ਹਾਂ ਅਸੀਂ ਹਰੀ ਸਿੰਘ ਨਲੂਏ ਦੇ ਬੱਚੇ ਹਾਂ ਨਾ ਅਸੀਂ ਦਬਣ ਵਾਲੇ ਨਹੀਂ ਹੈਗੇ ਤੇਰੇ ਵਰਗੇ ਬੜੇ ਅਬਦਾਲੀਆਂ ਔਰੰਗਜ਼ੇਬ ਵਰਗੇ ਆਏ ਸੀਗੇ ਤਾਂ ਵੱਡੀ ਗਿਣਤੀ ਦੇ ਵਿੱਚ ਸ਼ੰਭੂ ਬਾਰਡਰ ਤੇ ਅੱਜ ਇਕੱਠ ਹੋਇਆ ਤੇ ਦੂਜੇ ਪਾਸੇ ਜਿਸ ਹਿਸਾਬ ਦੇ ਨਾਲ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਿਹਾ ਤਾਂ ਦੇਖ ਸਕਦੇ ਹੋ ਸੀ ਕਿਸਾਨਾਂ ਦੇ ਵੱਲੋਂ ਜਿਹੜਾ ਪੁਰਜ਼ੋਰ ਤਿਆਰੀਆਂ ਕਰ ਦਿੱਤੀਆਂ ਗਈਆਂ ਨੇ ਤੇ ਨਾਲ ਨਵਦੀਪ ਬਾਰਡਰ ਕੈਨਨ ਵਾਲਾ ਸਾਡੇ ਮੌਜੂਦ ਨਾਲ ਗੱਲਬਾਤ ਕਰਦੇ ਆ ਬਾਈ ਜਿਵੇਂ ਕੱਲ ਅਗਰੈਸ਼ਨ ਜਿਹੜਾ ਉਸ ਤੋਂ ਦੇਖਣ ਨੂੰ ਮਿਲਿਆ ਜਿਵੇਂ ਹੰਝੂ ਗੈਸ ਦੇ ਗੋਲੇ ਸੁੱਟੇ ਗਏ 100 200 ਮੁੰਡਿਆਂ ਦੇ ਪੱਟ ਪਾੜ ਕੇ ਕਿਸ ਦਾ ਮੂੰਹ ਪਾੜ ਗਿਆ ਤੇ ਅੱਜ ਵੀ ਉਹੀ ਚੀਜ਼ ਜਾਰੀ ਹੈ ਜਜ਼ਬੇ ਬਰਕਰਾਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਥਾਪੜਾ ਲੈ ਕੇ ਚੱਲਦੇ ਹਾਂ ਅਰਦਾਸ ਕਰਕੇ ਚੱਲਦੇ ਹਾਂ ਮੱਥਾ ਟੇਕ ਕੇ ਚੱਲਦੇ ਹਾਂ ਤਿਆਰੀ ਫੁੱਲਾ ਵਾਹਿਗੁਰੂ ਮਿਹਰ ਕਰੇ ਅੱਜ ਸ਼ਾਮ ਨੂੰ ਹਰਿਆਣੇ ਦੇ ਅੰਦਰ ਜਾ ਕੇ ਲੰਗਰ ਛਕਾਂਗੇ ਸਾਰਾ ਮੋਰਚਾ ਪੱਟ ਕੇ ਸਰਕਾਰ ਨੇ ਕੱਲ੍ਹ ਇਹੀ ਪਹਿਲੀ ਚਾਲ ਚੱਲੀ ਕਿ ਹਾਂ ਪਤਾ ਲੱਗ ਗਿਆ ਜੇ 1 ਇੰਚ ਵੀ ਅੱਗੇ ਟੱਪ ਗਏ ਤਾਂ ਇਹ ਨਹੀਂ ਰੁਕਣੇ ਤਾਂ ਪਹਿਲੀ ਜਿਹੜਾ ਉਹਨਾਂ ਦੇ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਪਹਿਲੀ ਡਰੋਨ ਦੇ ਨਾਲ ਸੁੱਟਣ ਲੱਗ ਗਏ ਸੀ ਹੰਝੂ ਗੈਸ ਦੇ ਗੋਲੇ ਪਰ ਅੱਜ ਤੁਸੀਂ ਇਹ ਤਿਆਰੀਆਂ ਕਰ ਰਹੇ ਹੋ ਪੂਰੀਆਂ ਤਿਆਰੀਆਂ ਪੁੱਲ ਨੇ ਕੱਲ੍ਹ ਇਹਨਾਂ ਗੋਲੀਆਂ ਮਾਰ ਦੀ ਮੁੰਡੇ ਦੇ ਹੁਣ ਪੱਤੀਆਂ ਪੁੱਤੀਆਂ ਲਵਾ ਕੇ ਲਿਆਏ ਉੱਧਰ ਪੰਖਾ ਖੜੇ ਨੇ ਠੀਕ ਹੈ ਨਾ ਜੇਸੀਬੀ ਆਉਣ ਲੱਗੀ ਆ ਜੇਸੀਬੀ ਤਿਆਰ ਕਰਾਈ ਆ ਹੋਰ ਟਰੈਕਟਰ ਅੱਗੇ ਤਿਆਰ ਕਰਾਏ ਹੋਏ ਨੇ ਪਾਣੀ ਦੀਆਂ ਟੰਕੀਆਂ ਲਾਤੀਆਂ ਅੱਗੇ ਹੈ ਨਾ ਇਹਨਾਂ ਦੇ ਜੋ ਵੀ ਘੇਰਾਂਗੇ ਜਿਹੜੇ ਆ ਡਰਾਉਣ ਦੇ ਚਲਾਉਂਦੇ ਨੇ ਠੀਕ ਹੈ ਤਿਆਰੀ ਬੋਲਾ ਕੱਲ੍ਹ ਅਸੀਂ ਆਪਣਾ ਦੇਖ ਲਿਆ ਸੀਗਾ ਸਾਨੂੰ ਦੁਸ਼ਮਣੇ ਕਹਿਣਾ ਪੈਂਦਾ ਇਹਨਾਂ ਨੂੰ ਹੈ ਨਾ ਕਿਉਂਕਿ ਜਿਸ ਹਿਸਾਬ ਦਾ ਸਾਡੇ ਨਾਲ ਬਿਹੇਵੀਅਰ ਹੋ ਰਿਹਾ ਹੈ ਨਾ ਵੀ ਸਾਡੇ ਦੁਸ਼ਮਣੇ ਨੇ ਇਸ ਟਾਈਮ ਦਾ ਦੁਸ਼ਮਣ ਦੀ ਤਾਕਤ ਅਸੀਂ ਕੱਲ੍ਹ ਦੇਖ ਲਈ ਜੀ ਕਿੰਨੀ ਕੁ ਹੈਗੀ ਆ ਅਤੇ ਵਾਹਿਗੁਰੂ ਅੱਜ ਮਿਹਰ ਕਰਨਗੇ ਸਾਡਾ ਇਹ ਮੋਰਚਾ ਅੱਜ ਫਤਿਹ ਹੋਊਗਾ ਅਤੇ ਆਪਾਂ ਦਿੱਲੀ ਵੱਲ ਕੂਚ ਕਰਾਂਗੇ ਆਪਣੇ MSP ਲਈ ਠੀਕ ਹੈ ਨਾ ਆਪਣੇ ਘਰ ਦੋਗੇ ਬੈਰੀਕੇਡ ਬਾਈ ਹਾਂਜੀ ਪੂਰੀ ਪੂਰਾ ਪੂਰਾ ਅੱਜ ਪਲੈਨਿੰਗ ਆ ਸਾਡੇ ਕੋਲ ਹੈ ਨਾ ਇਹ ਵੀ ਕੋਈ ਚੱਕਰ ਨਹੀਂ ਹੈਗਾ ਅੱਜ ਨਹੀਂ ਸਾਨ ਸਾਨੂੰ 6 ਮਹੀਨੇ ਲੱਗ ਜਾਣ ਦਿੱਲੀ ਪਹੁੰਚਣ ਅਸੀਂ ਦਿੱਲੀ ਜਾ ਕੇ ਰਹਾਂਗੇ ਅਸੀਂ ਕਹਿੰਦੇ ਹਾਂ ਮੋਦੀ ਨੂੰ ਅਮਿਤ ਸ਼ਾਹ ਨੂੰ ਬਈ ਸਾਡੇ ਜਿਹੜੀਆਂ ਮੰਗਾਂ ਨੇ ਉਹ ਸਾਨੂੰ ਦੇ ਦੇ ਪਿਆਰ ਨਾਲ ਅਸੀਂ ਤਕਰਾਰ ਨਹੀਂ ਚਾਹੁੰਦੇ ਤੁਹਾਡੇ ਨਾਲ ਪਰ ਤੁਸੀਂ ਇਹ ਮਾਹੌਲ ਬਣਾਇਆ ਹੋਇਆ ਤੇ ਜਿਵੇਂ ਕੋਈ ਦੇਸ਼ਾਂ ਦੇ ਬਾਰਡਰ ਆਉਂਦੇ ਨੇ ਪਰ ਤੁਹਾਨੂੰ ਪਤਾ ਨਹੀਂ ਵੀ ਹਾਂ ਸਾਡੇ ਇਤਿਹਾਸ ਕੀ ਨੇ ਅਸੀਂ ਬੱਚੇ ਕਿਨੇ ਦੇ ਹੈ ਨਾ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਬੱਚੇ ਹਾਂ ਅਸੀਂ ਹਰੀ ਸਿੰਘ ਨਲੂਏ ਦੇ ਬੱਚੇ ਹਾਂ ਨਾ ਅਸੀਂ ਦਬਣ ਵਾਲੇ ਨਹੀਂ ਹੈਗੇ ਤੇਰੇ ਵਰਗੇ ਬੜੇ ਅਬਦਾਲੀਆਂ ਔਰੰਗਜ਼ੇਬ ਵਰਗੇ ਆਏ ਸੀਗੇ ਅਸੀਂ ਨਹੀਂ ਅੜਦੇ ਪਿੱਛੇ ਅਸੀਂ ਤਾਂ ਆਪਣੀ ਅੱਗੇ ਮੰਗਾਂ ਪਿੱਛੇ ਨਿਕਲੇ ਆਪਣੀ ਪੀੜ੍ਹੀ ਨੂੰ ਬਚਾਉਣ ਨਿਕਲੇ ਹਾਂ ਅਤੇ ਆਪਣੀ ਨਸਲ ਨੂੰ ਬਚਾਉਣ ਨਿਕਲੇ ਤਿਆਰੀ ਬੋਲਾ ਬਾਬਾ ਜੀ ਵਾਹਿਗੁਰੂ ਮਿਹਰ ਕਰੇ ਆ ਸੰਭੂ ਬਾਰਡਰ ਤੱਕ ਪੱਟ ਦਾਂਗੇ ਨੌਜਵਾਨ ਕੱਲ੍ਹ ਦੇਖ ਰਹੇ ਸੀ ਕਿ ਨਵਦੀਪ ਕਿਤੇ ਨਵਦੀਪ ਕਿਤੇ ਕਹਿੰਦੇ ਇੱਕ ਬੋਲ ਦੀ ਡੀਕ ਸੀ ਨਹੀਂ ਪੱਟ ਦਿੰਦੇ ਸਾਰਾ ਹਾਂ ਨਾ ਬਾਬਾ ਜੀ ਸਾਰੇ ਕੱਲ੍ਹ ਵੀ ਆਪਾਂ ਇੱਥੇ ਸੀਗੇ ਹੈ ਨਾ ਕੱਲ੍ਹ ਦੇਖਿਆ ਇਹਨਾਂ ਦਾ ਜੋਰ ਅਸੀਂ ਸਾਰਾ ਕਿੰਨਾ ਕੁ ਸੀਗਾ ਹੈ ਨਾ ਅਤੇ ਲੱਗੇ ਹੋਏ ਜੀ 12 ਘੰਟੇ ਲੜਾਈ ਲੜੀ ਆ ਅਤੇ ਅੱਜ ਸਾਡੀ ਲੜਾਈ ਦਾ ਦੂਜਾ ਦਿਨ ਹਸਪਤਾਲ ਭਰਿਆ ਪਿਆ ਹੈਗਾ ਦੇਖੋ ਹਾਂਜੀ ਹਾਂਜੀ ਕੋਈ ਨਹੀਂ ਬਾਬਾ ਜੀ ਫਿਰ ਜਜ਼ਬੇ ਦੇਖੋ ਹੈ ਨਾ ਮੁੰਡਿਆਂ ਦੇ ਕੋਈ ਡਰ ਕੇ ਘਰੇ ਥੋੜ੍ਹੀ ਰਹਿ ਰਿਹਾ ਵੀ ਹਾਂ ਕਿਤੇ ਸੱਟ ਲੱਗੇ ਘਰੇ ਇਹ ਤਾਂ ਜਜ਼ਬੇ ਨੇ ਸਾਡੇ ਇਤਿਹਾਸ ਬੋਲਦਾ ਸਾਡਾ ਹੈ ਨਾ ਸਾਡੇ ਬਾਬੇ ਬੋਲਦੇ ਨੇ ਸਾਡੇ ਵਿੱਚ ਇਤਿਹਾਸ ਬੋਲਦਾ ਜਦੋਂ ਵੀ ਸਾਡੇ 'ਤੇ ਕਿਸੇ ਨੇ ਜਬਰ ਜ਼ੁਲਮ ਕਰਿਆ ਅਸੀਂ ਹਮੇਸ਼ਾ ਟਾਕਰਾ ਕਰਿਆ ਸਾਡੇ ਗੁਰੂਆਂ ਨੇ ਸਿਖਾਇਆ ਹੋਇਆ ਸਾਨੂੰ ਨਾ ਜ਼ੁਲਮ ਸਹਿਣਾ ਨਾ ਜ਼ੁਲਮ ਕਰਨਾ ਜ਼ੁਲਮ ਨਹੀਂ ਸਹਿੰਦੇ ਬਾਬਾ ਜੀ ਪੂਰੇ ਤਕੜੇ ਹੋ ਕੇ ਚੱਲਾਂਗੇ ਅਤੇ ਇਸ ਜੰਗ ਨੂੰ ਫਤਿਹ ਕਰਾਂਗੇ ਇਸ ਮੋਰਚੇ ਨੂੰ ਫਤਿਹ ਕਰਾਂਗੇ ਤਾਂ ਇਹ ਸੀ ਸਾਡੇ ਨਾਲ ਨਵਦੀਪ ਵਾਟਰ ਕੈਨਨ ਵਾਲਾ ਜਿਸ ਨੇ ਪਹਿਲੇ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਆਪਣਾ ਅਣਖਣਵੀਂ ਛਾਪ ਜਿਹੜੀ ਉਸਨੇ ਛੱਡੀ ਅਤੇ ਅੱਜ ਵੀ ਨਵਦੀਪ ਦਾ ਕਹਿਣਾ ਕਿ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅਸੀਂ ਚਾਲੇ ਪਾ ਦਾਂਗੇ ਅਤੇ ਅਸੀਂ ਫਿਰ ਨਹੀਂ ਰੁਕਣਾ ਕੈਮਰਾ ਪਰਸਨ ਜਸ਼ਨ ਦੇ ਨਾਮ ਮਨਦੀਪ ਜੋਤ ਸ਼ੰਭੂ ਬਾਰਡਰ।